ਦੋਸਤੋ, ਇਸ ਵੀਡੀਓ 'ਚ ਗੱਲ ਕਰਦੇ ਹਾਂ ਦੋ ਐਸੇ ਨੌਜਵਾਨਾਂ ਦੀ ਜੋ ਇੱਕ ਗੀਤ ਦੇ ਵਿੱਚ ਇੰਨੇ ਘਟੀਆ ਬੋਲਾਂ ਦੀ ਵਰਤੋਂ ਕਰ ਰਹੇ ਹਨ ਜਿੱਥੋਂ ਤੁਸੀਂ ਉਹਨਾਂ ਦੀ ਮਾੜੀ ਸੋਚ ਅਤੇ ਮਾਨਸਿਕ ਸਥਿਤੀ ਦਾ ਆਪ ਅੰਦਾਜ਼ਾ ਲਗਾ ਸਕਦੇ ਹੋ। ਸੋ ਦੋਸਤੋ, ਜ਼ਿਆਦਾ ਟਾਈਮ ਨਾ ਲੈਂਦੇ ਹੋਏ ਪਹਿਲਾਂ ਤੁਸੀਂ ਦੇਖੋ ਉਸ ਵੀਡੀਓ ਨੂੰ, ਅਤੇ ਵੀਡੀਓ ਦੇਖਣ ਤੋਂ ਪਹਿਲਾਂ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲਓ ਦੋਸਤੋ, ਕਿਉਂਕਿ ਹਰ ਰੋਜ਼ ਇਹੋ ਜਿਹੀਆਂ ਵੀਡੀਓ ਅਸੀਂ ਤੁਹਾਡੇ ਲਈ ਲੈ ਕੇ ਆਉਂਦੇ ਰਹਿੰਦੇ ਹਾਂ। ਸੋ ਤੁਸੀਂ ਵੀ ਸਾਡੇ ਨਾਲ ਜੁੜਨਾ ਚਾਹੁੰਦੇ ਹੋ ਤਾਂ ਸਬਸਕ੍ਰਾਈਬ ਕਰੋ ਹਿੱਟ ਵਾਇਰਲ ਮੀਡੀਆ ਯੂਟਿਊਬ ਚੈਨਲ ਨੂੰ, ਅਤੇ ਨਾਲ ਹੀ ਬੈਲ ਦੇ ਆਈਕਨ ਤੇ ਕਲਿੱਕ ਕਰੋ ਲੇਟੈਸਟ ਵੀਡੀਓ ਸਭ ਤੋਂ ਪਹਿਲਾਂ ਵੇਖਣ ਲਈ। ਬਾਬਿਓ, ਅੱਜ ਆਪਣੇ ਨਾਲ ਬੀਬਾਜ ਇੱਕ ਤੱਤਾ ਸੌਂਗ ਵਾਰਦਾਤ ਲੈ ਕੇ ਆ ਰਿਹਾ ਹੈ, ਸੁਣਿਓ ਧਿਆਨ ਨਾਲ। ਚਲੋ ਜੀ, ਉਹ ਸੱਤ ਤੈਨੀ ਉੱਤੇ ਟੱਪੀ ਸੋਡੀ ਕੰਧ ਅੱਲੜੇ, ਸੱਤ ਪੰਜੀ ਉੱਤੇ ਟੱਪਿਆ ਚਵਾਰਾ ਨੀ, ਉਹ 10 ਮਿੰਟ ਸੋਹਣੀਏ ਤੂੰ ਲੇਟ ਹੋ ਗਈ, 7:15 ਸ਼ੁਰੂ ਹੋਇਆ ਸਾਡਾ ਖਾੜਾ ਨੀ, ਉਹ 10 ਮਿੰਟ ਸੋਹਣੀਏ ਤੂੰ ਲੇਟ ਹੋ ਗਈ, ਸੋਡਾ ਜਾਗਦਾ ਟੱਬਰ ਸੀਗਾ ਸਾਰਾ ਨੀ, ਉਹ ਪੌਣਾ ਘੰਟਾ ਰਹੀ ਬਿੱਲੋ ਬੁੱਕਲ ਚ ਮੇਰੇ, ਨੀ ਤੂੰ ਪੌਣਾ ਘੰਟਾ ਰਹੀ ਬਿੱਲੋ ਬੁੱਕਲ ਚ ਮੇਰੇ, ਤੇਰਾ ਡਰਦੀ ਦਾ ਚਿਹਰਾ ਲਾਲੋ ਲਾਲ ਹੋ ਗਿਆ। ਉਹ ਲੋਕੀ ਤਾਂ ਹੈ ਸੌਣ ਬੀਬਾ 10 ਵਜੇ ਨੂੰ, ਮੁੰਡਾ ਵਾਰਦਾਤ ਕਰਕੇ ਫਰਾਰ ਹੋ ਗਿਆ। ਉਹ ਲੋਕੀ ਤਾਂ ਹੈ ਸੌਣ ਬੀਬਾ 10 ਵਜੇ ਨੂੰ, ਮੁੰਡਾ ਪਹਿਲੀਆਂ ਚ ਵਾਰਦਾਤ ਕਰਕੇ ਫਰਾਰ ਹੋ ਗਿਆ। ਉਹ ਡਰਦੀ ਤੂੰ ਜਾਂਦੀ ਸੀਗੀ ਹਿੱਕ ਨਾਲ ਲੱਗਦੀ, ਨੀ ਯਾਰ ਦਾ ਵੀ ਸੀਨਾ ਸੀਗਾ ਭੱਠੀ ਜਿਵੇਂ ਤਪਦੀ, ਨੀ ਡਰਦੀ ਤੂੰ ਜਾਂਦੀ ਸੀਗੀ ਹਿੱਕ ਨਾਲ ਲੱਗਦੀ, ਨੀ ਯਾਰ ਦੀ ਵੀ ਹਿੱਕ ਸੀਗੀ ਭੱਠੀ ਤਿਵੇਂ ਤਪਦੀ। ਉਹ 32 ਬੋਰ ਸੀਗਾ ਬਿਲੋ ਡੱਬ ਵਿੱਚ ਮੇਰੇ, ਉਹ 32 ਬੋਰ ਸੀਗਾ ਬਿਲੋ ਡੱਬ ਵਿੱਚ ਮੇਰੇ, ਸੁੱਖਾ ਸੋਕਦੀ ਰਹੀ ਤੂੰ ਨਾ ਹੈ ਫੈਰ ਹੋ ਗਿਆ। ਉਹ ਲੋਕੀ ਤਾਂ ਹੈ ਸੌਣ ਬੀਬਾ 10 ਵਜੇ ਨੂੰ, ਮੁੰਡਾ ਪਹਿਲੀਆਂ ਚ ਵਾਰਦਾਤ ਕਰਕੇ ਫਰਾਰ ਹੋ ਗਿਆ। ਉਹ ਲੋਕੀ ਤਾਂ ਹੈ ਸੌਣ ਬਿੱਲੋ 10 ਵਜੇ ਨੂੰ, ਮੁੰਡਾ ਵਾਰਦਾਤ ਕਰਕੇ ਫਰਾਰ ਹੋ ਗਿਆ, ਉਹ ਵਾਰਦਾਤ ਕਰਕੇ ਫਰਾਰ ਹੋ ਗਿਆ। ਬੀਬਾ ਚ ਬੀਬਾ ਲਓ ਬਾਬਿਓ, ਸ਼ੇਅਰ ਕਰਿਓ ਦੱਬ ਕੇ ਵੀਰ ਦਾ ਸੌਂਗ, ਤੇ ਸਪੋਰਟ ਕਰਿਓ, ਗਾਲਾਂ ਗੂਲਾਂ ਦਾ ਕੱਢੋ ਨਾ ਵੀਰ, ਕਿਉਂਕਿ ਸੁਭਾਅ ਇੱਧਰ ਵੀ ਗਰਮੀ ਆ, ਤੇ ਸਪੋਰਟ ਕਰਿਓ ਵੀਰ। ਬੀਬਾ ਚ ਲਵ ਯੂ, ਦਿਲੋਂ ਲਵ ਯੂ ਆਲ।